ਦੋਸਤੋ ਅੱਜ ਸੋਸ਼ਲ ਮੀਡੀਆ ਉੱਤੇ ਬਿਆਨਬਾਜ਼ੀ ਦੀ ਪੂਰੀ ਧਮ ਮਚੀ ਪਈ ਆ ਵੱਖ-ਵੱਖ ਤਰੀਕੇ ਨਾਲ ਬਿਆਨ ਸਾਹਮਣੇ ਆਉਂਦੇ ਨੇ ਹਰ ਕੋਈ ਚਾਹੁੰਦਾ ਹੈ ਕਿ ਸੋਸ਼ਲ ਮੀਡੀਆ ਦੇ ਉੱਤੇ ਮੇਰੀ ਚੜਤ ਹੋ ਜੇ ਬਿਆਨ ਚਾਹੇ ਕੋਈ ਵੀ ਮੇਰੇ ਮੂੰਹੋਂ ਨਿਕਲ ਜਾਵੇ ਪਰ ਹੁਣ ਕਿ ਤਰ੍ਹਾਂ ਕਿਤੇ ਪ੍ਰਸ਼ਾਸਨ ਵੱਲੋਂ ਨਕੇਲ ਕੱਸ ਦਿੱਤੀ ਗਈ ਹੈ ਜੇਕਰ ਕੋਈ ਗਲਤ ਬਿਆਨਬਾਜ਼ੀ ਕਰਦਾ ਹੈ ਤਾਂ ਉਦੋਂ ਤੇ ਕਾਰਵਾਈ ਵੀ ਜਿਹੜੀ ਉਹ ਕੀਤੀ ਜਾਏਗੀ ਤਾਂ ਅੱਜ ਅਸੀਂ ਪਹੁੰਚੇ ਹਾਂ ਅਦਾਕਾਰ ਸ਼ੈਨਾਜ ਗਿਲ ਦੇ ਪਿਤਾ ਦੇ ਕੋਲ ਤਾਂ ਇੱਕ ਮੰਗ ਪੱਤਰ ਇਹਨਾਂ ਵੱਲੋਂ ਦੇਣ ਵਾਸਤੇ ਇੱਥੇ ਕਮਿਸ਼ਨਰ ਆਫਿਸ ਪਹੁੰਚੇ ਸਨ ਤਾਂ ਮੰਗ ਪੱਤਰ ਕੀ ਹੈ ਉਹਦੇ ਬਾਰੇ ਵੀ ਜਾਣਕਾਰੀ ਸਾਂਝੀ ਕਰ ਲੈਣੇ ਤੇ ਨਾਲ ਜਿਹੜੀ ਬਿਆਨਬਾਜ਼ੀ ਲਗਾਤਾਰ ਗੱਲਾਂ ਸਾਂਝੀਆਂ ਕਰ ਲੈਣੀਆਂ ਅੱਜ ਮੰਗ ਪੱਤਰ ਕੀ ਦੇਣ ਆਏ ਅੱਜ ਅਸੀਂ ਕਮਿਸ਼ਨਰ ਸਾਹਿਬ ਨੂੰ ਮੰਗ ਪੱਤਰ ਦਿੱਤਾ ਕਿ ਅਮਰਤਪਾਲ ਜਦੋਂ ਪਿਛਲੀ ਵਾਰੀ ਅੰਮ੍ਰਿਤਸਰ ਦੇ ਵਿੱਚ ਆਇਆ ਸੀ ਦਰਬਾਰ ਸਾਹਿਬ ਦੇ ਵਿੱਚ ਹਥਿਆਰ ਲੈ ਕੇ ਦਰਬਾਰ ਸਾਹਿਬ ਦੇ ਵਿੱਚ ਐਂਟਰੀ ਕੀਤੀ ਸੀ ਉਹਨੇ ਜੀ ਜਦ ਕਿ ਹਰਮੰਦਰ ਸਾਹਿਬ ਪਵਿੱਤਰ ਸਥਾਨ ਹੈ ਜਿਤੇ ਕਿ ਹਥਿਆਰਾਂ ਦੀ ਜਿਹੜੀ ਆ ਅੰਦਰ ਹਥਿਆਰ ਖੜਨਾ ਬਿਲਕੁਲ ਹੀ ਜਿਹੜਾ ਵਾ ਨਹੀਂ ਚਾਹੀਦਾ ਕਿ ਕੋਈ ਵੀ ਸ਼ਸਤਰ ਜਿਹੜਾ ਅੰਦਰ ਖੜਿਆ ਜਾਵੇ ਆਪਾਂ ਪਹਿਲਾਂ ਹੀ 84 ਦੇ ਟਾਈਮ ਤੇ ਬੜਾ ਇਹੋ ਜੇ ਸਮਾਂ ਵੇਖ ਚੁੱਕੇ ਆ ਕਿ ਉਦੋਂ ਵੀ ਇਦਾਂ ਹੀ ਹਥਿਆਰ ਜਾਣੇ ਸ਼ੁਰੂ ਅੰਦਰ ਹੋਏ ਸੀ ਕੋਈ ਨਾਲ ਹੌਲੀ 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 ਹਥਿਆਰ ਹੁੰਦੇ ਹੁੰਦੇ ਅੰਦਰ ਤੁਹਾਨੂੰ ਪਤਾ ਕਿ ਕੀ ਹੋਇਆ 84 ਦਾ ਮਾਹੌਲ ਜਿਹੜਾ ਉਹ ਉਹੀ 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 ਕੰਮ ਦੁਬਾਰਾ ਹੋ ਰਿਹਾ ਉਦੋਂ ਵੀ ਇਦਾਂ ਹੀ 84 ਦਾ ਮਾਹੌਲ ਸ਼ੁਰੂ ਹੋਇਆ ਸੀ ਤੇ ਹੁਣ ਵੀ ਇਦਾਂ ਹੀ ਆ ਚਲੋ ਅਮਰਤਪਾਲ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਦਰਬਾਰ ਸਾਹਿਬ ਨਾ ਆਓ ਜੀ ਸਦਕੇ ਆਓ ਇੱਕ ਪਵਿੱਤਰ ਸਥਾਨ ਆ ਕੋਈ ਵੀ ਉਹਨੂੰ ਕਿਸੇ ਧਰਮ ਦਾ ਵੀ ਬੰਦਾ ਵਾ ਉਹਨੂੰ ਦਰਬਾਰ ਜਾਣ ਤੋਂ ਕੋਈ ਕਿਸੇ ਨੂੰ ਨਹੀਂ ਰੋਕ ਸਕਦਾ ਉਹ ਰੱਬ ਦਾ ਘਰ ਬਿਲਕੁਲ ਰੱਬ ਦਾ ਘਰ ਆ ਇੱਕ ਪਵਿੱਤਰ ਸਥਾਨ ਆ ਬੜੀ ਦੂਰ-ਦੂਰੋਂ ਲੋਕੀ ਸ਼ਰਧਾ ਨਾਲ ਆਉਂਦੇ ਉੱਥੇ ਬਸ ਸਾਨੂੰ Hindu ਸੰਗਠਨਾਂ ਨੂੰ ਸਿਰਫ ਇਹੀ ਜਿਹੜਾ ਸ਼ਿਕਾਇਤ ਆ ਕਿ ਦਰਬਾਰ ਸਾਹਿਬ ਦੇ ਵਿੱਚ ਕੋਈ ਵੀ ਹਥਿਆਰ ਜਿਹੜਾ ਨਾ ਲੈ ਕੇ ਜਾਇਆ ਜਾਵੇ ਜਿਸ ਤਰ੍ਹਾਂ ਪਿਛਲੀ ਵਾਰੀ ਉਹ ਕਾਫੀ ਉਹਦੇ ਨਾਲ ਬੰਦੇ ਸੀ ਹਥਿਆਰ ਲੈ ਕੇ ਇੰਟਰ ਹੋਏ ਸੀ ਦਰਬਾਰ ਸਾਹਿਬ ਦੇ ਵਿੱਚ ਐਸ ਵਾਰੀ ਚਲੋ ਜੋ ਆ ਰਿਹਾ ਆਬਲ ਤੇ ਪਹਿਲਾਂ ਅਸੀਂ ਚਾਹੁੰਦੇ ਹਾਂ ਕੋਈ ਨਾ ਆਵੇ ਇੱਥੇ ਕਿਉਂਕਿ ਅੰਮ੍ਰਿਤਸਰ ਦਾ ਮਾਹੌਲ ਖਰਾਬ ਹੁੰਦਾ ਠੀਕ ਆ ਅਗਰ ਉਹਨੇ ਆਉਣਾ ਵਾ ਤੇ ਅਸੀਂ ਬੇਨਤੀ ਕਰਦੇ ਹਾਂ ਕਿ ਅੰਮ੍ਰਿਤਪਾਲ ਜਾਵੇ ਸੰਗਤ ਦੇ ਨਾਲ ਜਾਵੇ ਦਰਬਾਰ ਸਾਹਿਬ 'ਚ ਜੀ ਸਦਕੇ ਜਾਵੇ ਲੇਕਿਨ ਹਥਿਆਰ ਅੰਦਰ ਨਹੀਂ ਜਾਣੇ ਚਾਹੀਦੇ ਅਸੀਂ ਵੀ ਜਦੋਂ ਜਾਂਦੇ ਹਾਂ ਅਸੀਂ ਵੀ ਬਗੈ ਸਕਿਉਰਿਟੀ ਤੋਂ ਅੰਦਰ ਜਾਂਦੇ ਹਾਂ ਇਹਦੀ ਮੰਗ ਹੈ ਕਿ ਦਰਬਾਰ ਸਾਹਿਬ ਗੁਰੂ ਦਾ ਘਰ ਆ ਉੱਥੇ Hindu Muslim Sikh Assai ਹਰ ਕੋਈ ਨਤਮਸਤ ਕੋਣੋਂ ਸੇ ਪਹੁੰਚਦਾ ਤਾਂ ਹਥਿਆਰ ਲੈ ਕੇ ਨਾ ਜਾਇ ਜਾਈ ਜਣੇ ਇਹਦੀ ਮੰਗ ਕੀਤੀ ਆ ਅੱਛਾ ਭਾਈ ਸਾਹਿਬ ਤੁਹਾਡੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਤੁਸੀਂ ਕਹਿ ਰਹੇ ਕਿ ਜੋ ਜਿਹੜਾ ਬੋਲੇਗਾ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਉਸ ਵੀਡੀਓ ਦੁਬਾਰੇ ਵੀ ਕਾਫੀ ਚਰਚੇ ਹੋ ਰਹੇ ਨੇ ਸੋਸ਼ਲ ਮੀਡੀਆ 'ਤੇ ਕੀ ਸੀ ਇਹਦੇ ਵਿੱਚ ਕੀ ਸੀ ਕਿ ਮੈਂ ਆਪਣੇ Hindu ਭਰਾਵਾਂ ਨੂੰ ਵੇਖੋ ਆਪਣੇ ਭੈਣ ਭਰਾਵਾਂ ਨੂੰ ਬੰਦਾ ਰੋਬ ਨਾ ਵੀ ਕਹਿ ਸਕਦਾ ਬਿਲਕੁਲ ਕਿਉਂਕਿ ਹਿੰਦੂ ਸੰਗਠਨ ਮੇਰੇ ਆਪਣੇ ਸੰਗਠਨ ਆ ਮੈਂ ਉਹਨਾਂ ਨੂੰ ਦਬਕੇ ਨਾ ਵੀ ਕਹਿ ਸਕਦਾ ਕਿਉਂਕਿ ਚਲੋ ਸਾਨੂੰ ਪਤਾ ਕਿ ਸਾਡੇ ਭੈਣ ਭਰਾਵਾ ਉਹਨਾਂ ਨੇ ਮੰਨ ਲੈਣੀ ਆ ਉਹ ਅਸੀਂ ਇਹ ਕਰਕੇ ਗੱਲ ਕੀਤੀ ਸੀ ਕਿ ਸਾਨੂੰ ਪ੍ਰਸ਼ਾਸਨ ਨੇ ਪੂਰਾ ਭਰੋਸਾ ਦਵਾਇਆ ਹੈ ਕਿ ਇਸ ਤਰ੍ਹਾਂ ਦਾ ਕੰਮ ਨਹੀਂ ਹੋਏਗਾ ਲੇਕਿਨ ਕੀ ਹੋ ਰਿਹਾ ਕੱਲ ਨੂੰ ਫਿਰ ਅਮਰਤਪਾਲ ਇੱਥੇ ਆ ਰਿਹਾ ਅਮਰਸਰ ਠੀਕ ਆ ਲੇਕਿਨ ਪ੍ਰਸ਼ਾਸਨ ਤੋਂ ਵੀ ਸਾਨੂੰ ਹੌਲੀ ਹੌਲੀ ਭਰੋਸਾ ਉੱਤਰ ਰਿਹਾ ਦੇਖੋ ਅਸੀਂ ਦਬਕਾ ਮਾਰ ਕੇ ਵੀ ਕਿਹਾ ਹਿੰਦੂ ਸੰਗਠਨਾਂ ਨੂੰ ਪਿਆਰ ਨਾਲ ਵੀ ਕਿਹਾ ਅਸੀਂ ਕਹਿ ਸਕਦੇ ਆ ਕਿਉਂਕਿ ਉਹ ਸਾਡੇ ਆਪਣੇ ਆ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਪ੍ਰਸ਼ਾਸਨ ਨੇ ਕੋਈ ਕਾਰਵਾਈ ਕਰੇ ਤੇ ਅਸੀਂ ਆਪਣੇ ਹਿੰਦੂ ਲੀਡਰਾਂ ਨੂੰ ਵੀ ਚੁੱਪ ਕਰਾ ਦਈਏ ਮੈਂ ਤਾਂ ਇਸ ਕਰਕੇ ਕਿਹਾ ਸੀ ਕਿ ਪ੍ਰਸ਼ਾਸਨ ਤੋਂ ਸਾਨੂੰ ਪੂਰੀ ਉਮੀਦ ਸੀ ਲੇਕਿਨ ਹੁਣ ਪ੍ਰਸ਼ਾਸਨ ਵੀ ਕੁਝ ਨਹੀਂ ਕਰ ਰਿਹਾ ਇੱਕ ਗੂੜੀ ਨੀਂਦ ਸੌ ਰਿਹਾ ਅੱਖਾਂ ਖੋਲ ਕੇ ਸਾਰਾ ਕੁਝ ਵੇਖ ਰਿਹਾ ਚਾਹਾਂਗਾ ਕਿ ਰਿਪੀਟ ਕਰ ਦੋ ਕੀ ਕਿਹਾ ਕੀ ਸੀ ਨੇ ਮੈਂ ਦੇਖੋ ਬਿਆਨ ਦੇ ਵਿੱਚ ਮੈਂ ਤਾਂ ਇਹੀ ਕਹੀ ਸੀ ਲੇਕਿਨ ਜਿਹੜਾ ਉਹਨਾਂ ਨੇ ਉਹ ਟਾਈਟਲ ਉੱਤੇ ਲਿਖਤਾ ਕਿ ਅਮਰਸਾਲ ਅਮਰਤਪਾਲ ਦੇ ਹੱਕ ਚ ਆਏ ਮੇਰੇ ਵੱਲੋਂ ਕਿਹਾ ਗਿਆ ਸੀ ਇਦਾਂ ਦੀ ਕੋਈ ਗੱਲ ਨਹੀਂ ਆ ਅਮਰਤਪਾਲ ਦੇ ਜਿਹੜੀ ਉਹਦੀ ਸੋਚ ਆ ਅਸੀਂ ਉਹਦੇ ਖਿਲਾਫ ਆ ਜੋ ਉਹਦੀ ਸੋਚ ਆ ਖਾਲਿਸਤਾਨ ਬਣਾਉਣਾ ਇਸ ਤਰ੍ਹਾਂ ਦੇ ਭੜਕਾਊ ਭਾਸ਼ਣ ਦੇਣਾ ਜਿਸ ਤਰ੍ਹਾਂ ਉਹ ਹਰ ਧਰਮ ਦੇ ਖਿਲਾਫ ਬੋਲਦਾ ਪੰਜਾਬ ਦਾ ਜਿਹੜਾ ਨੋਰਮਲ ਵਸਨੀਕ ਹੈ ਜਿਹੜੇ ਸਿਟੀਜ਼ਨ ਨੇ ਆਪਾਂ ਉਹਨਾਂ ਦੇ ਨਾਲ ਵਾਂ ਉਹਨਾਂ ਦੀ ਸੋਚ ਦੇ ਨਾਲ ਵਾਂ ਅਸੀਂ ਭੜਕਾਊ ਸੋਚ ਦੇ ਨਾਲ ਨਹੀਂ ਦੇਖੋ ਅਸੀਂ ਨਹੀਂ ਚਰਾਉਂਦੇ ਅਸੀਂ ਨਹੀਂ ਚਾਹੁੰਦੇ ਕੋਈ ਵੀ ਪੰਜਾਬ ਦਾ ਇਨਸਾਨ ਨਹੀਂ ਚਾਹੁੰਦਾ ਕੋਈ Hindu ਲੀਡਰ ਨਹੀਂ ਚਾਹੁੰਦਾ ਕੋਈ ਸਿੱਖ ਸਿੱਖੀ ਇੱਥੇ ਬੰਦੀ ਜਾਂ ਕੋਈ ਵੀ ਹੋਰ ਧਰਮ ਦਾ ਕੋਈ ਲੀਡਰ ਨਹੀਂ ਚਾਹੁੰਦਾ ਕਿ 84 ਵਰਗਾ ਦੁਬਾਰਾ ਮਾਹੌਲ ਆਵੇ ਲੇਕਿਨ ਉਹਦੇ ਬਿਆਨਬਾਜ਼ੀਆਂ ਤੋਂ ਜਿਸ ਤਰ੍ਹਾਂ ਦੀਆਂ ਰੋਜ਼-ਰੋਜ਼ ਨਵੀਆਂ-ਨਵੀਆਂ ਬਿਆਨਬਾਜ਼ੀਆਂ ਕਰਦਾ ਮੈਨੂੰ ਨਹੀਂ ਲੱਗਦਾ ਕਿ ਜ਼ਿਆਦਾ ਸਮਾਂ ਲੱਗੇਗਾ ਦੇਖੋ ਕਹਿੰਦੇ ਨੇ ਕਿ ਡੋਰ ਸਾਰੀ ਅਸੀਂ ਪ੍ਰਸ਼ਾਸਨ ਦੇ ਉੱਤੇ ਸੁੱਟਦੀ ਹੈ ਸਰਕਾਰ ਬੈਠੀ ਆ ਅਸੀਂ ਅਸੀਂ ਚੁਣ ਕੇ ਸਰਕਾਰ ਬਣਾਈ ਆ ਸਾਰਿਆਂ ਨੇ ਮਿਲ ਕੇ ਸਰਕਾਰ ਬਣਾਈ ਆ ਸਰਕਾਰ ਬੈਠੀ ਆ ਪ੍ਰਸ਼ਾਸਨ ਬੈਠੀ ਆ ਤਾਂ ਉਹ ਸਾਰਾ ਕੁਝ ਜਿਹਨੂੰ ਜਿੱਥੇ ਗਲਤ ਹੋਏਗਾ ਉੱਥੇ ਉਹ ਆਪੇ ਕਾਰਵਾਈ ਕਰ ਦੇਣਗੇ ਅਸੀਂ ਬੋਲੀਏ ਨਾ ਬੋਲਣਾ ਬੰਦ ਕਰ ਦਈਏ ਰਮਾਨਾ ਬੈਠੇ ਆ ਘਰ ਦੇਖੋ ਸਾਹੀ ਤੇ ਮੈਂ ਇਸ ਹਿਸਾਬ ਨਾਲ ਬੋਲਿਆ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਹਿੰਦੂ ਸੰਗਠਨ ਅਮਰਤਪਾਲ ਦੇ ਖਿਲਾਫ ਬੋਲਣ ਤੇ ਉਹਨੂੰ ਹੋਰ ਵੀ ਰੋਪ ਬਣਾਉਣ ਕਿਉਂਕਿ ਉਹ ਹੀਰੋ ਬਣਦਾ ਜਾਂਦਾ ਅਗਰ ਤੁਸੀਂ ਉਹਦੇ ਖਿਲਾਫ ਬੋਲਦੇ ਜੇ ਤੇ ਉਹ ਦਿਨ-ਦਿਨ ਹੀਰੋ ਬਣਦਾ ਜਾਂਦਾ ਮੇਰਾ ਕਹਿਣ ਦਾ ਮਤਲਬ ਸੀ ਕਿ ਆਪਾਂ ਕਿਉਂ ਬੋਲਦੇ ਹਾਂ ਉਹਦੇ ਖਿਲਾਫ ਲੇਕਿਨ ਇਹਦਾ ਮਤਲਬ ਇਹ ਨਹੀਂ ਕਿ ਫਿਰ ਮੈਂ ਵੀ ਆਪਣੇ ਹਿੰਦੂ ਲੀਡਰਾਂ ਨੂੰ ਚੁੱਪ ਕਰਾ ਦਾਂ ਤੇ ਉਹ ਸਾਡੇ ਜਿਹੜੇ ਹਿੰਦੂ ਲੀਡਰਾਂ ਨੂੰ ਕਤਲ ਕਰਦੇ ਮਤਲਬ ਕਤਲ ਵੀ ਹੋ ਰਿਹਾ ਹੈ ਰੋਜ਼ ਦੇ ਰੋਜ਼ ਉਹ ਸਾਡੇ ਹਿੰਦੂ ਲੀਡਰਾਂ ਨੂੰ ਕਤਲ ਕਰਦੇ ਜਾਣ ਤੇ ਹਿੰਦੂ ਵੀ ਸਮਾਜ ਨੂੰ ਅਸੀਂ ਚੁੱਪ ਕਰਵਾ ਦਈਏ ਉਹਨਾਂ ਲੀਡਰਾਂ ਨੂੰ ਤੇ ਪ੍ਰਸ਼ਾਸਨ ਵੀ ਜਿਹੜਾ ਕੋਈ ਕਾਰਵਾਈ ਨਾ ਕਰੇ ਜਾਂ ਤੇ ਹੋਵੇ ਅਸੀਂ ਹਿੰਦੂ ਲੀਡਰ ਚੁੱਪ ਕਰ ਜਾਈਏ ਚੁੱਪ ਕਰਾ ਦਿੰਨੇ ਅਸੀਂ ਹਿੰਦੂ ਲੀਡਰਾਂ ਨੂੰ ਪ੍ਰਸ਼ਾਸਨ ਜਦ ਤੱਕ ਸਾਨੂੰ ਭਰੋਸਾ ਦੇਵੇ ਅਜੇ ਤੱਕ ਭਰੋਸਾ ਹੀ ਦੇ ਰਿਹਾ ਪ੍ਰਸ਼ਾਸਨ ਤੋਂ ਸਾਨੂੰ ਬਹੁਤ ਭਰੋਸਾ ਸੀ ਕਿ ਕੋਈ ਨਾ ਕੋਈ ਕਾਰਵਾਈ ਕਰਨਗੇ ਲੇਕਿਨ ਉਹ ਤਾਂ ਪ੍ਰਸ਼ਾਸਨ ਤੇ ਕੋਈ ਕਾਰਵਾਈ ਨਹੀਂ ਕਰ ਰਿਹਾ ਫਿਰ ਮੈਂ ਹਿੰਦੂ ਲੀਡਰਾਂ ਨੂੰ ਕਹਿਣਾ ਕਿ ਤੁਸੀਂ ਜੋ ਵੀ ਹੁੰਦਾ ਜਾਇਜ ਬੋਲੋ ਅਗਰ ਕੋਈ ਗਲਤ ਬੋਲਦਾ ਤੇ ਉਹਦੇ ਤੇ ਕਾਰਵਾਈ ਕਰਾਓ ਅਸੀਂ ਵੀ ਤਿਆਰ ਹਾਂ ਅਸੀਂ ਵੀ ਲੱਭਦੇ ਰਹਿੰਦੇ ਰੋਜ਼ ਕੌਣ ਗਲਤ ਬੋਲਦਾ ਸਮਾਜ ਦੇ ਖਿਲਾਫ ਜਾਂ ਸਾਡੇ ਧਰਮ ਦੇ ਖਿਲਾਫ ਕੌਣ ਗਲਤ ਬੋਲਦਾ ਅਸੀਂ ਵੀ ਕਾਰਵਾਈ ਕਰਾਵਾਂਗੇ ਅੱਛਾ ਇੱਕ ਗੱਲ ਹੋਰ ਮੈਂ ਜਾਨਣਾ ਚਾਹਾਂਗਾ ਕਿ ਜਿਸ ਤਰ੍ਹਾਂ ਅਮਰਤ ਇਨੂੰ ਅਸੀਂ ਕਿਦਰਾ ਦਾ ਕਦਮ ਸਮਝਦੇ ਆਂ ਦੇਖੋ ਜੀ ਮੇਰੇ ਹਿਸਾਬ ਨਾਲ ਤੇ ਕੋਈ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਵੀ ਇਨਸਾਨ ਹੈ ਕਿ ਜਿਹਨੂੰ ਇਹ ਗੱਲ ਨਹੀਂ ਸਮਝ ਆ ਰਹੀ ਜਿੱਥੋਂ ਤੱਕ ਮੇਰੀ ਸਮਝ ਆ ਮੈਨੂੰ ਤੇ ਇਹੀ ਲੱਗ ਰਿਹਾ ਕਿ ਅਮਰ ਸ਼ਕਾਕੇ ਜਿਹੜਾ ਕਿ ਇੱਕ ਸ਼ਰਮਣੀ ਕਮੇਟੀ ਦੀਆਂ ਜਿਹੜੀਆਂ ਵੋਟਾਂ ਵਧਾਈਆਂ ਜਾ ਰਹੀਆਂ ਸ਼ਰਮਣੀ ਕਮੇਟੀ ਦੀ ਇਲੈਕਸ਼ਨ ਜਤਨ ਦੀ ਅੱਛਾ ਪਰ ਉਹ ਪੂਰੇ ਪੰਜਾਬ ਦੇ ਵਿੱਚ ਪੰਜਾਬ ਤੋਂ ਬਾਹਰ ਵੀ ਉਹ ਜਾਂਦਾ ਕਿ ਮੈਂ ਅਮਰ ਸ਼ਕਾਵਾ ਜਿਹੜੇ ਨੌਜਵਾਨ ਚੰਗੇ ਪਾਸੇ ਲਾਵਾਂ ਤੁਸੀਂ ਵੀ ਇਹ ਉਪਰਾਲਾ ਸ਼ੁਰੂ ਕਰ ਦੋ ਵੀ ਆਪਾਂ ਚੰਗੇ ਪਾਸੇ ਲਾਈਏ ਇੱਕ ਚੰਗੀ ਸੋਚ ਲਈਏ ਸਾਹਮਣੇ ਜ਼ਰੂਰੀ ਨਹੀਂ ਹੈ ਕਿ ਪਰਮਾਤਮਾ ਕੋਈ ਹਿੰਦੂਆ ਦਾ ਸੇਖਾ ਦਾਵਾ ਜਾਂ ਫਿਰ ਕਿਸੇ ਦਾ ਵੀ ਆ ਅਸੀਂ ਤੇ ਰੱਬ ਦੀ ਲੜ ਲਾਣਾ ਵਾ ਕਿਸੇ ਨੂੰ ਹੈ ਨਾ ਦੇਖੋ ਧਰਮ ਚਾਹੇ ਕੋਈ ਵੀ ਆ ਹਰ ਇੱਕ ਨੇ ਇੱਕੋ ਰਸਤੇ ਜਾਣਾ ਕਿਉਂਕਿ ਪਰਮਾਤਮਾ ਇੱਕ ਹੀ ਆ ਸਿਰਫ ਉਹਤ ਜਗਦੀ ਆ ਤਾਂ ਪਰਮਾਤਮਾ ਇੱਕ ਹੀ ਆ ਪਰਮਾਤਮਾ ਇੱਕ ਹੀ ਆ ਚਾਹੇ ਉਹ ਆਪਾਂ ਉਹਨੂੰ ਕਿਸੇ ਰੂਪ ਚ ਮੰਨਦੇ ਆ ਕਿਸੇ ਧਰਮ ਦੇ ਰੂਪ ਚ ਮੰਨਦੇ ਆ ਲੇਕਿਨ ਹੈ ਤੇ ਪਰਮਾਤਮਾ ਇੱਕ ਹੀ ਨਾ ਬਿਲਕੁਲ ਠੀਕ ਹੈ ਨਾ ਇੱਕੋ ਨੂੰ ਮੰਨਦੇ ਆਂ ਅਸੀਂ ਲੇਕਿਨ ਕੀ ਹੈ ਕਿ ਉਹਨੂੰ ਇੱਕ ਜਾਦ ਕਰਨ ਦੇ ਉਹਦੇ ਗੁਣ ਗੌਣ ਦੇ ਇੱਕ ਵੱਖਰੇ ਵੱਖਰੇ ਤਰੀਕੇ ਬਣਾਏਗੇ ਜਦੋਂ ਮੈਂ ਬੜੇ ਹਿੰਦੂ ਲੀਡਰ ਜਾਂ ਫਿਰ ਸਿੱਖ ਲੀਡਰਾਂ ਦੇ ਨਾਲ ਗੱਲਬਾਤ ਜਦੋਂ ਮੈਂ ਕਰਦਾ ਤਾਂ ਉਹ ਇਹੋ ਹੀ ਕਹਿੰਦੇ ਕਿ ਪ੍ਰਮਾਤਮਾ ਇੱਕ ਆ ਪਰ ਲੜਾਈ ਕਾਦੀ ਹੈ ਫਿਰ ਲੜਾਈ ਇਹੀ ਹੈ ਕੁਰਸੀਆਂ ਦੀ ਸਿਆਸਤ ਰੱਬ ਦੀ ਲੜਾਈ ਨਹੀਂ ਹੈ ਰੱਬ ਦੀ ਨਹੀਂ ਸਦੀ ਲੜਾਈ ਕੁਰਸੀਆਂ ਦੀ ਸਿਆਸਤ ਦੀ ਲੜਾਈ ਹੈ ਦੇਖੋ ਰੱਬ ਤੇ ਇਸ ਵੇਲੇ ਇਹ ਸਾਰੇ ਲੋਕ ਭੁੱਲੀ ਬੈਠੇ ਰੱਬ ਨੂੰ ਜੀ ਠੀਕ ਆ ਰੱਬ ਨੂੰ ਭੁੱਲੀ ਬੈਠੇ ਆ ਇਹਦੇ ਸਿਰਫ ਇੱਕ ਕੁਰਸੀਆਂ ਦੀ ਲੜਾਈ ਆ ਸਿਆਸੀ ਲੜਾਈ ਆ ਕਿ ਮੇਰਾ ਖਾਲਸਤਾਨ ਮੇਰੀ ਕੁਰਸੀ ਆਪਣੇ ਆਪਣੀਆਂ ਕੁਰਸੀਆਂ ਬਚਾਉਣ ਦੇ ਚੱਕਰ 'ਚ ਸਾਰੇ ਲੱਗੇ ਹੋਏ ਆ ਜਿੱਤੋਂ ਤੱਕ ਤੁਸੀਂ ਮੈਨੂੰ ਇੱਕ ਸਵਾਲ ਕੀਤਾ ਸੀ ਕਿ ਅਮਰਤ ਕਿਉਂ ਸ਼ਿਕਾਇਤ ਜਾਂਦੇ ਆ ਇੱਕ ਬੜੀ ਵਧੀਆ ਗੱਲ ਆ ਕਿਸੇ ਬੰਦੇ ਨੂੰ ਇਨਸਾਨ ਨੂੰ ਜਿਹੜਾ ਗਲਤ ਕੰਮਾਂ ਦੇ ਵਿੱਚ ਪਿਆ ਉਹਨੂੰ ਗੁਰੂ ਦੇ ਗੁਰੂ ਦੇ ਲੇਖੇ ਲਾਉਣਾ ਗੁਰੂ ਦੇ ਨਾਲ ਜੋੜਨਾ ਇੱਕ ਬਹੁਤ ਵਧੀਆ ਗੱਲ ਆ ਪਰ ਨਾਲ ਹੀ ਉਹਨੂੰ ਥੋੜਾ ਜਿਆਦਾ ਬ੍ਰੇਨ ਵਾਸ਼ ਕਰਨਾ ਬਿਲਕੁਲ ਇਹ ਵੀ ਗਲਤ ਗੱਲ ਆ ਕਿਉਂਕਿ ਜਿਹੜੀਆਂ ਮਾਮਾ ਬੜੇ ਆਪਣੇ ਪੁੱਤ ਨੂੰ ਬੜੀਆਂ ਰੀਜਾਂ ਨਾਲ ਪਾਲਦੀਆਂ ਬੜੇ ਔਖੇ ਪਾਲਦੇ ਪੁੱਤ ਬਿਲਕੁਲ ਬਿਲਕੁਲ ਲੇਕਿਨ ਜਦੋਂ ਇੱਕ ਜਵਾਨੀ ਦੇ ਵਿੱਚ ਪੁੱਤ ਕਿਸੇ ਦਾ ਚਲੇ ਜਾਂਦਾ ਬੜਾ ਦੁੱਖ ਲੱਗਦਾ ਇਸ ਗੱਲ ਦਾ ਮੈਂ ਇਹ ਨਹੀਂ ਚਾਹੁੰਦੇ ਕਿ ਕਿਸੇ ਦਾ ਉਹ ਟਾਈਮ ਦੁਬਾਰਾ ਆਵੇ 84 ਦਾ ਜਦੋਂ ਇਹਨਾਂ ਨੂੰ ਨੌਜਵਾਨਾਂ ਨੂੰ ਚੁੱਕ-ਚੁੱਕ ਪਤਾ ਨਹੀਂ ਲੱਗਦਾ ਪੁਲਿਸ ਕੀ ਕਰਦੀ ਸੀ ਜਾਂ ਨੌਜਵਾਨ ਗਲਤ ਰਸਤੇ ਪੈ ਗਏ ਸੀ ਇਹ ਇਹ ਜਿਹੜਾ ਮਾਹੌਲ ਆ ਨੌਜਵਾਨਾਂ ਦੀ ਗੱਲ ਪਹਿਲਾਂ ਵੀ ਛਿੜਦੀ ਸੀ ਛਿੜਦੀ ਤੇ ਹੁਣ ਵੀ ਆ ਪਰ ਥੋੜੀ ਜਿੰਨੀ ਕਹਿ ਸਕਦੇ ਕਿ ਇੱਕ ਲਚਕ ਜੀ ਆ ਚੁੱਕੀ ਆ ਬਿਲਕੁਲ ਬਿਲਕੁਲ ਦੇਖੋ ਕਦਮ ਉਣੀ ਚਾਹੀਦੀ ਆ ਇਸ ਵੇਲੇ ਮੈਂ ਪਿਛਲੇ ਇੰਟਰਵਿਊ ਚ ਕਿਹਾ ਸੀ ਕਿ ਇਸ ਵੇਲੇ ਪੰਜਾਬ ਦੇ ਵਿੱਚ ਕੋਈ ਮਾਂ-ਬਾਪ ਨਹੀਂ ਚਾਹੁੰਦਾ ਕਿ ਮੇਰਾ ਬੱਚਾ ਪੰਜਾਬ ਦੇ ਵਿੱਚ ਰਹੇ ਹਰ ਕੋ ਇਹੀ ਚਾਹੁੰਦਾ ਕਿ ਮੇਰਾ ਬੱਚਾ ਪੰਜਾਬ ਤੋਂ ਬਾਹਰ ਚਲ ਜੇ ਚਾਹੇ ਉਹ ਛੋਟੀ ਕੰਟਰੀ ਚਲ ਜੇ ਜਿਹਦੇ ਮਾੜੇ ਮੋٹے ਜਿਹਦੇ ਕੋ ਪੈਸੇ ਹੁੰਦੇ ਆ ਉਹ ਵੱਡੀ ਕੰਟਰੀ ਚ ਭੇਜ ਦਿੰਦਾ ਉਹ ਯੂ ਐਸ ਏ ਜਾਂ ਕੈਨੇਡਾ ਯੂਰਪ ਚ ਭੇਜ ਦਿੰਦਾ ਜਿਹਦੇ ਕੋ ਨਹੀਂ ਹੁੰਦੇ ਉਹ ਵਿਚਾਰਾ ਦੁਬਈ ਜਾਂ ਸਾਊਥ ਲੇਕਿਨ ਅੱਜ ਕੱਲ ਕੋਈ ਵੀ ਮਾਂ ਬਾਪ ਆਪਣੇ ਬੱਚੇ ਨੂੰ ਪੰਜਾਬ ਚ ਰੱਖ ਕੇ ਖੁਸ਼ ਨਹੀਂ ਕਿ ਪਤਾ ਨਹੀਂ ਕਿਹੜੇ ਟਾਈਮ ਕੀ ਹੋ ਜਾਣਾ ਆਉਣ ਵਾਲੇ ਸਮੇਂ 'ਚ ਪੰਜਾਬ ਨੂੰ ਅਸੀਂ ਕਿੱਥੇ ਦੇਖਦੇ ਪੀਏ ਇਸ ਵਕਤ ਦੇਖੋ ਮੈਂ ਤੇ ਇਹੀ ਦੇਖ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਗਰ ਸਰਕਾਰ ਨੇ ਨਾ ਕੋਈ ਐਕਸ਼ਨ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਕੋਈ 20 22 25 ਸਾਲ ਦਾ ਇੱਥੇ ਨੌਜਵਾਨ ਦੇਖਣਾ ਹੀ ਨਹੀਂ ਸਾਡੇ ਵਰਗੇ ਤੁਹਾਨੂੰ ਇੱਥੇ ਅੱਧ ਖੜ ਦੇਖਣਗੇ ਤੇ ਪੰਜਾਬ ਦੇ ਵਿੱਚ ਕੀ ਹੋਣਾ ਕੀ ਸਾਡੇ ਫਿਰ ਬਾਹਰੋਂ ਆ ਕੇ ਜੁਪੀ ਬਿਹਾਰ ਤੋਂ ਆ ਕੇ ਇੱਥੇ ਸਾਰਾ ਕੁਝ ਸਾਂਭਣਗੇ ਸਾਡੇ ਨੌਜਵਾਨ ਤੇ ਸਾਰੇ ਬਾਹਰ ਚੱਲ ਗਏ ਤਾਂ ਬਿਲਕੁਲ ਇਹ ਖਾਸ ਚਰਚਾ ਜਿਹੜੀ ਕੀਤੀ ਅੱਜ ਅਸੀਂ ਕਿਤੇ ਨਾ ਕਿਤੇ ਮੰਗ ਪੱਤਰ ਦੇਣ ਵਾਸਤੇ ਪਹੁੰਚੇ ਸਨ ਇੱਥੇ ਜਾ ਕਮਿਸ਼ਨਰ ਸਾਹਿਬ ਨੂੰ ਕਿ ਕੱਲ ਹਥਿਆਰ ਲੈ ਕੇ ਕੋਈ ਵੀ ਦਰਬਾਰ ਸਾਹਿਬ ਦੇ ਅੰਦਰ ਕੱਲ ਨਹੀਂ ਯਾਨੀ ਕਿ ਕਦੀ ਵੀ ਦਰਬਾਰ ਸਾਹਿਬ ਦੇ ਅੰਦਰ ਜਾਣਾ ਬੰਦਾ ਨਹੀਂ ਹਥਿਆਰ ਲੈ ਕੇ ਨਾ ਜਾਓ ਕਿਉਂਕਿ ਉਹ ਗੁਰੂ ਦਾ ਘਰ ਹੈ ਉੱਥੇ ਹਿੰਦੂ ਮੁਸਲਿਮ ਸਿੱਖ ਅਸਾਈ ਹਰ ਕੋਈ ਆਉਂਦਾ ਤਾਂ ਇਸ ਚੱਕਰ ਦੇ ਵਿੱਚ ਮੰਗ ਪੱਤਰ ਦੇਣ ਵਾਸਤੇ ਇੱਥੇ ਪਹੁੰਚੇ ਸਨ ਤਾਂ ਵਿਸ਼ੇਸ਼ ਚਰਚਾ ਜਿਹੜੀ ਹੈ ਵਾਇਰਲ ਜਿਹੜੀ ਵੀਡੀਓ ਹੋਈ ਸੀ ਉਹਦੇ ਉੱਤੇ ਵੀ ਵਿਸ਼ੇਸ਼ ਚਰਚਾ ਕੀਤੀ ਕਿ ਆਖਿਰਕਾਰ ਉਹ ਵੀਡੀਓ ਦੇ ਵਿੱਚ ਕੀ ਕਿਹਾ ਗਿਆ ਸੀ ਤਾਂ ਉਹਨਾਂ ਵੱਲੋਂ ਕਿਹਾ ਗਿਆ ਕਿ ਉਹ ਵੀਡੀਓ ਜਿਹੜੀ ਸੀ ਉਹ ਮੈਂ ਸਿਰ ਉਸ ਐਂਗਲ ਦੇ ਨਾਲ ਨਹੀਂ ਕੀਤੀ ਜਿਸ ਐਂਗਲ ਨੂੰ ਬਣਾ ਕੇ ਸੋਸ਼ਲ ਮੀਡੀਆ ਉੱਤੇ ਮੈਂ ਤੇ ਸਿਰਫ ਤੇ ਸਿਰਫ ਕਹਿ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਹਾਲਾਤ ਸਹੀ ਹੋਣ ਇਸ ਤਰ੍ਹਾਂ ਦੇ ਜਿਹੜਾ ਗੱਲ ਵਾ ਜਿਹੜੀ ਉਹ ਸ਼ਨਾਜ ਗਿੱਲ ਦੇ ਜਿਹੜੇ ਪਿਤਾ ਨੇ ਉਹਨਾਂ ਵੱਲੋਂ ਸਾਂਝੀ ਜ਼ਰੂਰ ਕੀਤੀ ਗਈ ਹੈ ਦੇਖਣਾ ਹੋਵੇਗਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਇਹ ਜਿਹੜੀ ਖਰਾਬ ਹੋ ਰਹੀ ਸਥਿਤੀ ਆ ਉਹਨੂੰ ਕਿਸ ਤਰ੍ਹਾਂ ਕੰਟਰੋਲ ਕੀਤਾ ਜਾਂਦਾ ਹੈ ਕੈਮਰਾਮੈਨ ਸੰਦੀਪ ਦੇ ਨਾਲ ਸੁਪਚੰਦ ਸਿੰਘ ਡੇਲੀ ਪੋਸਟ ਪੰਜਾਬੀ ਅੰਮ੍ਰਿਤਸਰ